ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ, ਹੋ ਚੁੱਕੀ ਹੈ ਸਾਡੇ ਦਿਨ ਦੀ ਸ਼ੁਰੂਆਤ। ਕੰਮ ਉਹੀ ਹੈ ਸੇਮ, ਫਿਰ ਵੀ ਵਾਂਗੜੇ ਮੂੜੇ ਬਦਲੀਏ। ਹੁਣ ਕਰੀਏ ਹੜੰਬੇ ਰੈਡੀ, ਅਤੇ ਅੱਜ ਕੰਮ ਜਿਹੜਾ ਛੇਤੀ ਚਲਾਉਣਾ। 8:30 ਹੋ ਚੁੱਕੇ ਆ, 9:30 ਵਜੇ ਤੱਕ ਆਪਾਂ ਟਰੈਕਟਰ ਭੇਜ ਦੇਣੇ। ਕੰਮ ਹੁਣ ਦਿਨ ਪਰ ਦਿਨ ਵੱਧਦਾ ਹੈ। ਚਲੋ ਜੀ, ਹੁਣ ਆਪਾਂ ਕਰਦੇ ਹਾਂ ਵਾਂਗੜੇ ਵੱਲ ਦੀ ਸ਼ੁਰੂਆਤ। ਅਜੇ ਤੱਕ ਸਾਡੇ ਨਾਲ ਜੋਗਾ ਲੱਖਾ ਅਜੇ ਤੱਕ ਆਏ ਨਹੀਂ, ਰਾਤੀ ਲੇਟ ਹੋ ਗਏ, 12:00-1 ਵੱਜ ਗਿਆ ਨਾ ਜਾਣ ਨੂੰ। ਇਸ ਕਰਕੇ ਚਲੋ ਜੀ, ਆਪਾਂ ਹੁਣ ਕਰਦੇ ਹਾਂ ਵਾਂਗੜੇ ਬਦਲਦੇ ਹਾਂ ਜਾਨੂੰ ਮੁੰਡੇ ਆਉਂਦੇ ਆ। ਹੋਰ ਜੋਗੇ ਕਿਵੇਂ ਆ? ਕਿੱਦਾਂ ਰਿਹਾ ਫਿਰ ਕੱਲ੍ਹ? ਵਧੀਆ ਰਿਹਾ ਜੀ। ਹਾਂ, ਮੂੰਹ ਚੱਕ ਲਾ ਪਾਉਂਦੇ, ਕੋਈ ਗੱਲ ਨਹੀਂ। ਹਾਂ, ਫਿਰ ਕਿੰਨੇ ਕਿੱਲੇ ਘਟਿਆ ਕੱਲ੍ਹ? 5 ਜੀ। ਠੀਕ ਹੈ, ਚੱਲੀ ਮਸ਼ੀਨ? ਲੱਖੇ ਤੁਹਾਡਾ ਕਿੱਦਾਂ ਚੱਲਿਆ ਕੰਮ? ਲੱਖੇ ਹੁਣੀ ਕੱਲ੍ਹ ਗਏ ਤੇ ਸੰਦੋਈ, ਤੇ ਜੋਗਾ ਗਿਆ ਉਹਦਾ ਕੂੰਬੇ ਵਾਲ। ਮੈਂ ਇਹਨਾਂ ਨੂੰ ਪੁੱਛ ਲਈਏ ਕਿੱਦਾਂ ਰਿਹਾ, ਤੇ ਬਾਕੀ ਸਾਡੇ ਹੁਣ ਇਨਕਰੀਜ਼ ਵਗੈਰਾ ਹੋ ਕੇ ਹੜੰਬੇ ਵੀ ਸਾਡੇ ਰੈਡੀ ਹੈ, ਅਤੇ ਬੰਦੇ ਵੀ ਸਾਡੇ ਰੈਡੀ ਹੈ। ਅਤੇ ਹੁਣ ਅਸੀਂ ਬਸ 9:30 ਹੋ ਗਏ, ਚਾਲੇ ਪਾਏ ਦਈਏ, ਕਿਉਂਕਿ ਗਹਾਈ ਕਾਫੀ ਰਹਿੰਦੀ ਹੈ ਆਪਣੀ। ਉਹ ਕਰੀਏ ਅੱਜ ਕੰਮ ਨੇੜੇ ਨੂੰ। ਚਲੋ ਜੀ, ਹੁਣ ਦੇਖਦੇ ਹਾਂ ਹੋਰ ਕੀ ਹੁੰਦਾ ਹੁਣ ਅੱਜ ਦੇ ਦਿਨ 'ਚ। ਲਓ ਜੀ, ਅਸੀਂ ਆ ਗਏ ਹੁਣ ਮਵਾਲੇ ਹਾਰ 'ਚ। ਇਹ ਜਿਹੜੀ ਕਣਕ ਹੈ, ਇਹ ਵੱਡੀ ਵੀ ਬੰਦਿਆਂ ਨਾਲ ਕੱਢਣ, ਅਸੀਂ ਕੱਢਣ ਆਏ ਹਾਂ। ਅਸੀਂ ਵੀ ਆ ਕੇ ਕੰਮ ਚਲਾ ਦਿੱਤਾ, ਅਤੇ ਦੂਜੇ ਪਾਸੇ ਸੰਦੋਈ ਅਤੇ ਕੂੰਬੇ ਵਾਲਾ ਅੱਜ ਕੰਮ ਫਿਰ ਜਿਹੜਾ ਚੱਲ ਰਿਹਾ। ਇੱਥੇ ਵੀ 3-4 ਘੰਟੇ ਦਾ ਕੰਮ ਹੈਗਾ ਅੱਜ। ਇੱਕ ਘੱਟੇ ਜਿਹੇ ਲਾਇਆ ਜੀ, ਅੱਜ ਹਵਾ ਥੋੜ੍ਹੀ ਜਿਹੀ ਗੜਬੜ ਕਰਦੀ ਹੈ, ਘੁੰਮਦੀ ਆ। ਅਤੇ ਬਾਕੀ ਦੇਖਦੇ ਹਾਂ, ਅਸੀਂ ਤਾਂ ਬੈਠੇ ਹਾਂ ਛਾਵਾਂ ਅੱਜ, ਫਿਰ ਦੇਖਦੇ ਹਾਂ ਅੱਗੇ ਅੱਗੇ ਕੀ ਹੁੰਦਾ। ਆਓ ਜੀ, ਹੁਣ ਅਸੀਂ ਉਸ ਤੋਂ ਉੱਪਰ ਵਾਲੇ ਖੱਤੇ 'ਚ ਆ ਗਏ ਹਾਂ, ਕਿੱਲੇ ਤੋਂ ਕਿੱਲੇ ਦਾ ਖੱਤਾ ਇਹ। ਹੁਣ ਦੇਖਦੇ ਹਾਂ ਇੱਥੇ ਕਿੰਨਾ ਟਾਈਮ ਲੱਗਦਾ, 3 ਕਨਾਲ ਐਕਸਟਰਾ ਇਹਦੇ ਵਿੱਚ ਹੋਰ ਵੀ ਹੈ ਜੀ। ਅਸੀਂ ਹੁਣ ਜਿਹੜਾ ਹੜੰਬਾ ਲਾ ਕੇ ਅਸੀਂ ਆਰਾਮ ਨਾਲ ਅੜੇਕਾਂ ਦੀ ਛਾਵਾਂ ਜਿਹੜੇ ਆ ਕੇ ਬੈਠ ਗਏ ਹਾਂ, ਅਤੇ ਕੰਮ ਸਾਡਾ ਚੱਲ ਰਿਹਾ ਜ਼ੋਰਾ ਸ਼ੋਰਾ। ਪਰ ਅੱਜ ਬਾਕੀ ਦਿਨਾਂ ਦੇ ਮੁਕਾਬਲੇ ਧੁੱਪ ਵੀ ਜਿਹੜੀ ਆ ਉਹ ਜ਼ਿਆਦਾ ਚਮਕਦੀ ਆ, ਪਰ ਇਹ ਹੈ ਹਵਾ ਥੋੜ੍ਹੀ ਜਿਹੀ ਚੱਲ ਰਹੀ ਹੈ ਨਾਲ। ਇੱਕ ਬੈਨੀਫਿਟ ਸਾਨੂੰ ਇਹ ਹੈ ਵੀ ਹਵਾ ਉੱਧਰ ਨੂੰ ਹੀ ਚੱਲ ਰਹੀ ਹੈ ਜਿੱਧਰ ਨੂੰ ਅਸੀਂ ਲਾਇਆ ਵਾ ਤੂੜੀ ਦਾ ਮੂੰਹ, ਤਾਂ ਉਹਦੇ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਹੈ। ਕਿਉਂ ਅਗਰ ਉਲਟੀ ਦੇਖਣ ਚੱਲਦਾ ਫਿਰ ਟਰੈਕਟਰ ਦੇ ਉੱਪਰ ਪੈਂਦੀ ਹੈ ਰੀਣ, ਇਸ ਕਰਕੇ। ਲਓ ਜੀ, ਹੁਣ ਆਪਣਾ ਫਿਰ ਜਿਹੜਾ ਹੈ ਚੱਲ ਰਿਹਾ ਗਹਾਈ ਲਗਾਤਾਰ, ਜੁੜੇ ਰਹੋ ਜੀ ਨਾਲ, ਦੇਖਦੇ ਹਾਂ ਕਦ ਤੱਕ ਇੱਥੇ ਦਾ ਮੁੱਕਦਾ ਕੰਮ। ਲਓ ਜੀ, ਮਵਾਲੇ ਖੇਤ ਦੀਆਂ ਤਾਂ ਹੋ ਗਈਆਂ ਜੀ, ਫਤਿਹ ਬੋਲ ਗਈ ਆ, ਬਸ ਆ ਪੈਡ ਵਾਲੀਆਂ ਜਿਹੜੀਆਂ ਭਰੀਆਂ ਇਹੀ ਬਾਕੀ ਰਹਿ ਗਈਆਂ ਜੀ। ਅਤੇ ਇੱਥੇ ਤਾਂ ਬਿਨਾਂ ਕੋਈ ਦਿੱਕਤ ਪਰੇਸ਼ਾਨੀ ਸਾਡਾ ਕੰਮ ਬਹੁਤ ਵਧੀਆ ਚੱਲਿਆ ਜੀ, ਅਤੇ ਆਸ ਕਰਦੇ ਹਾਂ ਅੱਗੇ ਵੀ ਸਾਡਾ ਜਿਹੜਾ ਕੰਮ ਹੈ ਸਾਰਾ ਇੱਦੀ ਚੱਲੂਗਾ ਅੱਜ। ਲਓ ਜੀ, ਆਪਾਂ ਹੁਣ ਇੱਥੇ ਦੇ ਹੁਣ ਕੁਛ ਹੀ ਮਿੰਟਾਂ ਦੇ ਵਿੱਚ ਇੱਥੇ ਦੇ ਪਾਲਣੇ ਹੁਣ ਚਾਲੇ ਪਿੰਡ ਵੱਲ ਨੂੰ, ਪਿੰਡ ਫਿਰ ਜਾਂਦੇ ਹਾਂ, ਪਿੰਡ ਜਾ ਕੇ ਕੱਢਦੇ ਹਾਂ ਹੋਰ, ਫਿਰ ਦੇਖਦੇ ਹਾਂ ਅੱਗੇ ਕੀ ਬਣਦਾ। ਜੁੜੇ ਰਹੋ ਨਾਲ ਜੀ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਲੱਗਦੇ ਸਾਡੇ ਬਲੌਗ। ਮਵਾ ਵਾਲਾ ਹਾਰ ਖਤਮ ਕਰਤਾ, ਹੁਣ ਅਸੀਂ ਪਿੰਡ ਆ ਗਏ ਹਾਂ। ਪਿੰਡ 6 ਕਨਾਲ ਦੀ ਹੈ, ਕੱਢ ਦਈਏ, ਫਿਰ ਉਹ ਤੋਂ ਬਾਅਦ ਦੇਖਦੇ ਹਾਂ ਹੋਰ ਕਿਹੜਾ ਕੰਮ ਹੈ। ਟਾਈਮ ਵੀ ਜਿਹੜਾ ਸ਼ਾਮ ਦਾ ਹੋ ਗਿਆ, ਅਤੇ ਹੁਣ ਅਸੀਂ ਪਿੰਡ ਦੇ ਖੜ੍ਹੇ ਹਾਂ ਆਪਣੇ ਮੀਰੋ ਬਾਅਦ। ਚੱਲ ਰਿਹਾ ਜੀ ਸਾਡਾ ਦਹਾਈ ਦਾ ਕੰਮ ਅੱਜ ਜ਼ੋਰਾਂ ਸ਼ੋਰਾਂ ਦਾ।